ਉਧਰ ਸਫਾਈ ਸੰਦੀਪ ਕੁਮਾਰ ਦੇ ਵੱਲੋਂ ਵੀ ਆਈ ਜੀ ਹਾਂ ਸੰਦੀਪ ਕੁਮਾਰ ਨੇ ਖੁਦ ਨੂੰ ਬੇਕਸੂਰ ਦੱਸਦੇ ਹੋਏ ਇਲਜ਼ਾਮ ਲਗਾਇਆ ਕਿ ਉਹ ਦਲਿਤ ਨੇ ਇਸ ਲਈ ਉਹਨਾਂ ਖਿਲਾਫ ਸਾਜ਼ਿਸ਼ ਰਚੀ ਗਈ ਹੈ ਪਹਿਲੀ ਬਾਤ ਤੋਂ ਇਹ ਖਾਮਿਆਜਾ ਮੈਨੂੰ ਭੁਗਤਣਾ ਪੜਾ ਦਲਿਤ ਹੋਣੇ ਦਾ ਠੀਕ ਹੈ ਮੈਂ ਗਰੀਬ ਹੂੰ ਔਰ ਦਲਿਤ ਹੂੰ ਮਾਂ ਦਲਿਤ ਹੂੰ ਵਾਲਮੀਕਿ ਸਮਾਜ ਸੇ ਹੂੰ ਔਰ ਇਹ ਜਬ ਸੇ ਪ੍ਰਤਿਮਾ ਲਗਾਈ ਹੈ ਜਬ ਸੇ ਲੋਗ ਆਖੋ ਮੈਂ ਚੁਭ ਰਹਾ ਹੂੰ ਮੈਂ ਨਹੀਂ ਨਹੀਂ ਇਹ ਤਾਂ ਜਾਂਚ ਕਾ ਵਿਸ਼ਾ ਹੈ ਵੈਰੀਫਾਈ ਕੌਣ ਇਤਨੀ ਦੇਰ ਮੈਂ ਵੈਰੀਫਾਈ ਹੋ ਜਾਤੀ ਹੈ ਕਿਆ ਦੇਖੀਏ ਮੈਨੇ ਆਪਣਾ ਨੈਤਿਕਤਾ ਕੇ ਆਧਾਰ ਪਰ ਇਸਤੀਫਾ ਦਿਆ ਹੈ ਔਰ ਉਸਮੇ ਅਗਰ ਆਪ ਲੋਗ ਇਸ ਬਾਤ ਕੋ ਗੁਮਾਣੇ ਕੀ ਕੋਸ਼ਿਸ਼ ਕਰ ਰਹੇ ਤੋ ਬਿਲਕੁਲ ਗਲਤ ਹੈ ਉਧਰ ਮੰਤਰੀ ਦੀ ਸੀਡੀ ਤੇ ਬੀਜੇਪੀ ਸਵਾਲ ਪੁੱਛ ਰਹੀ ਹੈ ਕਿ ਆਖਿਰ ਉਹਨਾਂ ਆਦਰਸ਼ਾਂ ਅਤੇ ਵਾਅਦਿਆਂ ਦਾ ਕੀ ਹੋਇਆ ਜਿਨ੍ਹਾਂ ਦੇ ਦਮ ਉੱਤੇ ਆਮ ਆਦਮੀ ਪਾਰਟੀ ਨੇ ਦਿੱਲੀ ਦੀ ਸੱਤਾ ਹਾਸਲ ਕੀਤੀ ਸੀ ਉਹਨਾਂ ਨੇ ਕਿਹਾ ਕਿ ਹਮ ਪੂਰਾ ਚੈਨ ਕਰੇਂਗੇ ਅੱਛੇ ਲੋਕੋ ਕੋ ਲਾਏਂਗੇ ਰਾਜਨੀਤੀ ਮੇ ਪੂਰੀ ਜਾਂਚ ਕਰੇਂਗੇ ਔਰ ਆਪ ਦੇਖੀਏ ਕਿਸ ਪ੍ਰਕਾਰ ਕੇ ਲੋਕ ਆ ਰਹੇ ਫਰਜ਼ੀ ਡਿਗਰੀ ਕਾ ਮੰਤਰੀ ਭ੍ਰਿਸ਼ਟਾਚਾਰ ਸੇ ਗਿਆ ਹੁਆ ਇੱਕ ਮੰਤਰੀ ਅਬ ਸੈਕਸ ਸਕੈਂਡਲ ਸੇ ਜਾਤੇ ਹੋਏ ਇੱਕ ਮੰਤਰੀ ਔਰ ਹਰ ਚੀਜ਼ ਕੇ ਲਈ ਕੇਜਰੀਵਾਲ ਜੀ ਕਾ ਇੱਕ ਹੀ ਜਵਾਬ ਹੈ ਪ੍ਰਧਾਨ ਮੰਤਰੀ ਮੋਦੀ ਜੀ ਹੋ ਜਾਂ ਭਾਜਪਾ ਹੋ ਸਭ ਪਰ ਵਾਰ ਕਰ ਦੋ ਕਾਮ ਖੁਦ ਨਹੀਂ ਕਰਨਾ ਲੇਕਿਨ ਸਭ ਪਰ ਆਰੋਪ ਲਗਾਉਣਾ ਤਾਂ ਇਹ ਆਰੋਪ ਕੀ ਰਾਜਨੀਤੀ ਕਬ ਤੱਕ ਚਲੇਗੀ ਹਰ ਚੀਜ਼ ਮੈਂ ਆਰੋਪ ਲਗਾ ਕਰ ਥੋੜ੍ਹੀ ਨਾ ਆਪਣਾ ਹੱਥ ਧੋ ਸਕਤੇ ਹੈ ਕਿਆ ਇਸਮੇ ਵੀ ਭਾਜਪਾ ਕਾ ਹੱਥ ਹੈ ਦਿੱਲੀ ਕੀ ਜਨਤਾ ਕੋ ਕਬ ਤੱਕ ਬੇਵਕੂਫ ਬਣਾਏਂਗੇ ਕਾਮ ਕਰਨਾ ਚਾਹੀਏ ਜਾਂ ਦਿੱਲੀ ਕੀ ਜਨਤਾ ਸੇ ਮਾਫੀ ਮੰਗਣਾ ਚਾਹੀਏ आम आदमी पार्टी का दोहरा चरित्र है और इनके मंत्री लगातार चाहे वो फर्जी डिग्री हो चाहे वो पैसे का मामला हो और अब जो ये बहुत ही सेंसिटिव मंत्रालय है महिला बाल विकास मंत्रालय उसका मंत्री अगर सेक्स स्कैंडल में पकड़ा जाता है तो ये अपने आप में बहुत ही शर्म की बात है और मैं समझती हूँ केजरीवाल जी को खुद इस्तीफ़ा दे देना चाहिए आज आनन फानन में उन्होंने जो इनसे इस्तीफ़ा मांगा है इसके पीछे भी कोई बहुत बड़ी वजह है